ਇੰਸਟਾਗ੍ਰਾਮ ਤੇ ਗੱਲ ਹੁੰਦੀ ਉਹਨੂੰ ਤਾਂ ਵੈਸੇ ਚਾਹ ਹੁੰਦਾ ਵੀ ਮੇਰੇ ਘਰੇ ਨੌ ਆਈ ਆ ਮੇਰਾ ਪੁੱਤ ਵਿਆਹਿਆ ਗਿਆ ਕਹਿੰਦੀ ਮੈਂ ਪਰਿਵਾਰ ਨਾਲ ਨਹੀਂ ਰਹਿ ਸਕਦੀ ਮੈਂ ਇਕੱਲੀ ਰਹੂੰਗੀ ਉਹ ਸ਼ਸ਼ਕਾਰ ਤੇ ਵੀ ਨਹੀਂ ਆਏ ਭੋਗ ਤੇ ਵੀ ਨਹੀਂ ਆਏ ਫੁੱਲਾਂ ਤੇ ਵੀ ਨਹੀਂ ਆਏ ਇੱਕ ਤਾਂ ਪੁੱਤ ਮੁੱਕ ਗਿਆ ਅਸੀਂ ਕਿੱਥੋਂ ਦਾ ਦੱਸ ਕਹਿੰਦੀ ਸਾਡੀ ਕੁੜੀ ਨੇ ਇੱਜ਼ਤ ਨਹੀਂ ਲਟਾਈ ਤੇ ਚਾਰ ਬੰਦਿਆਂ ਨਾਲ ਹੋਰ ਵੀ ਸਰਬੰਧ ਆ ਕਹਿੰਦਾ ਸੀ ਰਾਤ ਨੂੰ ਮੁੰਡੇ ਬੁਲਾਉਂਦੀ ਸੀ ਇੱਕ ਸਾਰਿਆਂ ਨੂੰ ਬਹੁਤ ਦੁਖੀ ਕੀਤਾ ਕੋਈ ਨਹੀਂ ਬਸ ਇੰਨੇ ਪਿੱਛੇ ਮੇਰਾ ਬੇਟਾ ਉਹਨਾਂ ਦੇ ਨਾਲ ਮਾਰ ਨਾ ਮੇਰੇ ਪੁੱਤ ਨੂੰ ਮਿਲਣ ਦਿੰਦੇ ਆ ਬਾਬੇ ਨਾਨਕ ਦੇ ਪੈਰੋਕਾਰ ਨੇ ਮੇਰਾ ਬੱਚਾ ਖੋਤਾ ਮੈਨੂੰ ਪੁੱਛ ਕੇ ਦੇਖੀ ਕੀ ਹਾਲ ਆ ਰੋਟੀ ਵੀ ਨਹੀਂ ਕਈ ਟਾਈਮ ਪੱਕਦੀ ਹੈਗੀ ਇੰਨਾ ਗੁਜ਼ਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦੀਪ ਦਵਲ ਟੀਵੀ ਚੈਨਲ ਤੇ ਦਾਸ ਭਾਈ ਗਗਨਦੀਪ ਸਿੰਘ ਸੋ ਅੱਜ ਅਸੀਂ ਇੱਕ ਦੁਖਿਆਰੀ ਮਾਂ ਦਾ ਦੁੱਖ ਤੁਹਾਡੇ ਸਾਹਮਣੇ ਲੈ ਕੇ ਆਏ ਹਾਂ ਜਿਹਦਾ ਪਿਛਲੇ ਸਮੇਂ ਪੁੱਤਰ ਕਤਲ ਹੋ ਗਿਆ ਸੀਗਾ ਪਟਿਆਲੇ ਤੇ ਪਟਿਆਲੇ ਦੇ ਵਿੱਚ ਤੇ ਬੜਾ ਸਮਾਂ ਉਹ ਮਾਂ ਜਿਹੜੀ ਦਰ ਦਰ ਦੀਆਂ ਠੋਕਰਾਂ ਖਾਂਦੀ ਰਹੀ ਕਿਵੇਂ ਪੁੱਤਰ ਲੱਭਿਆ ਕਿਵੇਂ ਉਹਦੀ ਲਾਸ਼ ਲੱਭੀ ਕਿਵੇਂ ਸਾਰਾ ਪਰਿਵਾਰ ਜਿਹੜਾ ਉੱਜੜ ਪੁੱਜੜ ਗਿਆ ਕਿਵੇਂ ਦੇ ਦੁੱਖ ਨੂੰ ਆਪਣੇ ਸਰੀਰ ਤੇ ਆਪਣੇ ਜੀਵਨ ਵਿੱਚ ਝੱਲਣੇ ਪਏ ਅਸੀਂ ਅੱਜ ਉਸ ਮਾਂ ਦੇ ਨਾਲ ਤੁਹਾਨੂੰ ਹੂਬਰੂ ਕਰਵਾ ਰਹੇ ਹਾਂ ਭੈਣ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਭੈਣ ਜੀ ਕਿੱਦਾਂ ਜਿਹੜਾ ਤੁਹਾਡਾ ਪੁੱਤਰ ਸੀਗਾ ਪਹਿਲਾਂ ਸਾਨੂੰ ਇਹ ਦੱਸੋ ਸਾਡੇ ਸਰੋਤਿਆਂ ਨੂੰ ਵੀ ਵੀਡੀਓ ਦੀ ਸ਼ਾਦੀ ਹੋਈ ਸੀਗੀ ਕਿੱਥੇ ਹੋਈ ਸੀਗੀ ਵੀਰੇ ਉਹਦੀ ਸ਼ਾਦੀ ਫੋਨ ਤੇ ਗੱਲ ਹੁੰਦੀ ਹੁੰਦੀ ਸੀ ਪਾਣੀਪਤ ਫੋਨ ਤੇ ਗੱਲ ਕਰਦਾ ਸੀ ਕਿਸੇ ਕੁੜੀ ਨਾਲ ਫੋਨ ਤੇ ਕਰਦਾ ਕਰਦਾ ਗੱਲ ਉਹਨੂੰ ਲੈ ਆਇਆ ਪਰਿਵਾਰ ਦੇ ਵਿੱਚੋਂ ਸਾਨੂੰ ਵੀ ਦੋ ਚਾਰ ਜਣਿਆਂ ਨੂੰ ਲੈ ਕੇ ਗਿਆ ਅਸੀਂ ਗਏ ਨਾਲ ਇੰਸਟਾਗ੍ਰਾਮ ਤੇ ਉਹਦੀ ਹੋਈ ਇੰਸਟਾਗ੍ਰਾਮ ਤੇ ਗੱਲ ਹੁੰਦੀ ਹੁੰਦੀ ਸੀ ਹਾਂ ਇੰਸਟਾਗ੍ਰਾਮ ਤੋਂ ਗੱਲ ਹੁੰਦੀ ਹੁੰਦੀ ਤਾਂ ਉਹਨਾਂ ਦੀ ਗੱਲ ਵਿਆਹ ਤੱਕ ਆ ਗਈ ਮੁੜ ਕੇ ਉਦੋਂ ਬਾਅਦ ਜਦੋਂ ਅਸੀਂ ਉਹ ਘਰੇ ਲਿਆਂਦੀ ਉਹਦੀ ਮਾਂ ਨੇ ਪੁਰਾਣਾ ਸੂਟ ਪਾ ਕੇ ਤੋਰੀ ਨਵਾਂ ਵੀ ਉਹਨੂੰ ਕੱਪੜਾ ਇੱਕ ਨਹੀਂ ਦਿੱਤਾ ਜਿਹੜੀ ਅੱਜ ਕਹਿੰਦੇ ਆ ਪੁਰਾਣਾ ਸੂਟ ਪਾ ਕੇ ਤੋਰੀ ਉਹਦੀ ਮਾਂ ਨੇ ਜਦੋਂ ਅਸੀਂ ਉਹਨੂੰ ਲੈ ਆਂਦਾ ਆ ਕੇ ਉਹਨੂੰ ਮੈਂ 5-7 ਸੂਟ ਸਮਾ ਕੇ ਦਿੱਤੇ ਪਹਿਲਾਂ ਵਧੀਆ ਉਹਨੂੰ ਉਹ ਕੀਤਾ ਮਾਂ ਨੂੰ ਤਾਂ ਵੈਸੇ ਚਾਹ ਹੁੰਦਾ ਵੀ ਮੇਰੇ ਘਰੇ ਨੌ ਆਈ ਆ ਮੇਰਾ ਪੁੱਤ ਵਿਆਹਿਆ ਗਿਆ ਵੀ ਚਲੋ ਸੂਟ ਸਵਾ ਕੇ ਦੇਣੇ ਸੀਗੇ ਹਨਾ ਉਸ ਬਹੂ ਨੇ ਸਾਨੂੰ ਇੰਨਾ ਕੁ ਤੰਗ ਪਰੇਸ਼ਾਨ ਕੀਤਾ ਪਹਿਲਾਂ ਕੋਠਿਆਂ ਤੇ ਚੜ ਜਾਂਦੀ ਅਸੀਂ ਜਿਮ ਚ ਰਹਿੰਦੇ ਸੀ ਜਿਮ ਚ ਪੁੱਛਿਆ ਜਾਵੇ ਮੈਂ ਕਿਰਾਏ ਤੇ ਰਹਿੰਦੀ ਸੀ ਉੱਥੇ ਚੜ ਜਾਂਦੀ ਮੈਂ ਛਾਲ ਮਾਰਦੀਆਂ ਮੈਂ ਮਰ ਚੱਲੀਆਂ ਉਹ ਸਾਨੂੰ ਉਦੋਂ ਵੀ ਤੰਗ ਪਰੇਸ਼ਾਨ ਕੀਤਾ ਤੇ ਮੇਰਾ ਵਿਆਹ ਹੋ ਗਿਆ ਜਦੋਂ ਘਰੇ ਤੁਸੀਂ ਨੌ ਨੂੰ ਲੈ ਆਂਦਾ ਹਨਾ ਕਿੰਨਾ ਕੁ ਸਮਾਂ ਤੁਹਾਡੇ ਨਾਲ ਉਹ ਰਹੀ ਸਮਾਂ ਸਾਡੇ ਨਾਲ ਸਿਰਫ 1 ਮਹੀਨਾ ਵੀ ਨਹੀਂ ਕੱਟਿਆ ਉਹਨੇ ਕਹਿੰਦੀ ਮੈਂ ਪਰਿਵਾਰ ਨਾਲ ਨਹੀਂ ਰਹਿ ਸਕਦੀ ਮੈਂ ਇਕੱਲੀ ਰਹੂੰਗੀ ਫਿਰ ਉਹਨੂੰ ਕਿੱਥੇ ਤੁਸੀਂ ਸ਼ਿਫਟ ਕੀਤਾ ਉਹਨਾਂ ਨੇ ਭੁੰਦੜ ਪਿੰਡ ਰਹਿਆ ਜਿੱਥੇ ਮੇਰੀ ਜਗ੍ਹਾ ਸੀ ਆਪਦੀ ਘਰਬਾਰ ਸੀਗਾ ਉਹ ਮੈਂ ਉਹਨੂੰ ਘਰਬਾਰ ਵੰਡ ਕੇ ਦੇਤਾ ਉਹਨੂੰ ਵੰਡ ਕੇ ਦੇਤਾ ਜਗ੍ਹਾ ਭੁੰਦੜ ਪਿੰਡ ਜਿਹੜੀ ਜਗ੍ਹਾ ਉਹਨੂੰ ਦੇ ਦਿੱਤੀ ਤੁਸੀਂ ਕਿੱਥੇ ਰਹਿੰਦੇ ਸੀਗੇ ਅਸੀਂ ਬਰਨਾਲੇ ਵੱਡੇ ਬੇਟੇ ਨਾਲ ਬਰਨਾਲੇ ਵੱਡੇ ਬੇਟੇ ਨਾਲ ਰਹਿੰਦੇ ਸੀ ਉਹ ਭੁੰਦੜ ਰਹਿੰਦੇ ਸੀਗੇ ਹਾਂਜੀ ਤੇ ਜਗ੍ਹਾ ਉਹਨੂੰ ਭੁੰਦੜ ਦਿੱਤੀ ਸੀ ਵੰਡ ਕੇ ਹਾਂਜੀ ਭੁੰਦੜ ਮੈਂ ਦਿੱਤੀ ਸੀ ਜਗ੍ਹਾ ਉਹਨੂੰ ਵੰਡ ਕੇ ਅੱਛਾ ਉਹ ਆਪਦੀ ਜਗ੍ਹਾ ਵੇਚ ਕੇ ਘਰਬਾਰ ਸਾਰਾ ਵੇਚ ਕੇ ਜਗ੍ਹਾ ਵੇਚ ਕੇ ਤੇ ਉਹ ਪਟਿਆਲੇ ਰਹਿਣ ਲੱਗ ਗਿਆ ਪਟਿਆਲੇ ਜਾ ਕੇ ਉਹਨੇ ਆਪਣੀ ਖਰੀਦ ਕੀਤੀ ਨਹੀਂ ਜਗ੍ਹਾ ਨਹੀਂ ਉਹਨੇ ਖਰੀਦੀ ਆਪਦੀ ਕਿਰਾਏ ਤੇ ਰਹਿੰਦਾ ਸੀ 1 ਮਹੀਨਾ ਹੀ ਹੋਇਆ ਸੀ ਅਜੇ ਗਏ ਨੂੰ 15 ਦਿਨ ਹੋਏ ਸੀ 15 ਦਿਨ ਹੋਏ ਸੀ ਈ ਰਕਸ਼ਾ ਕਢਾਏ ਨੂੰ ਈ ਰਕਸ਼ੇ ਤੋਂ ਬਾਅਦ ਬੇਟੇ ਮੇਰੇ ਨੂੰ ਮੇਰੇ ਬੇਟੇ ਦਾ ਕਤਲ ਹੋ ਗਿਆ ਉਹ ਜਿਹੜੀ ਜਗ੍ਹਾ ਨੇ ਵੇਚ ਕੇ ਤੇ ਜਾ ਕੇ ਈ ਰਕਸ਼ਾ ਲੈ ਲਿਆ ਹਨਾ ਈ ਰਕਸ਼ਾ ਵੀ ਲੈਤਾ ਕੁਛ ਉਹਨੇ ਉਹਦੇ ਖਾਤੇ 'ਚ ਸਾਰੇ ਉਹਦੇ ਪਿਓ ਨਾਲ ਖਾਤਾ ਜਮੈਟ ਸੀ ਮਤਲਬ ਸਹੁਰੇ ਆਪਣੇ ਨੂੰ ਪਾਤੇ ਹਾਂ ਸਹੁਰੇ ਆਪਣੇ ਨੂੰ ਦੇਤੇ ਪੈਸੇ ਹਾਂ 70,000 ਜਿਹੜੇ ਸਾਡੇ ਕੋਲੇ ਪ੍ਰੂਫ ਵੀ ਪਏ ਆ 70,000 ਉਹਨੂੰ ਪਾਉਂਦਾ ਰਿਹਾ ਉਹ ਪੈਸੇ ਮਤਲਬ ਜਗ੍ਹਾ ਵੇਚ ਕੇ ਜਿਹੜੀ ਕੁੜੀ ਸੀਗੀ ਜਿਹਦੇ ਨਾਲ ਇੰਸਟਾਗ੍ਰਾਮ ਤੇ ਉਹਨੇ ਵਿਆਹ ਕਰਵਾਇਆ ਸੀ ਉਸ ਕੁੜੀ ਨੇ ਉਹ ਜਗ੍ਹਾ ਵਕਾ ਕੇ ਤੇ ਜਿਹੜੇ ਪੈਸੇ ਸੀਗੇ ਉਹ ਆਪਣੇ ਪੇਕੇ ਘਰ ਜਿਹੜੇ ਸੀਗੇ ਉਹ ਖਾਤਾ ਨੰਬਰ ਸਾਰਾ ਕੁਝ ਹੈਗਾ ਜਿਸ ਖਾਤੇ ਵਿੱਚ ਪੈਸੇ ਪਾਏ ਉਹਨੇ ਹਨਾ ਉਹਦੇ ਪਿਓ ਨਾਲ ਜਵੈਂਟ ਸੀਗਾ ਜਵੈਂਟ ਸੀਗਾ ਕੁਲਵੰਤ ਸਿੰਘ ਉਹਦੇ ਪਿਓ ਦਾ ਨਾਮ ਆ ਕੁਲਵੰਤ ਸਿੰਘ ਜੀ ਫਿਰ ਦਾ ਕਤਲ ਕਿਵੇਂ ਹੋਇਆ ਕਤਲ ਵੀ ਵੀਰੇ ਹੁਣ ਇਹ ਜਾਣੇ ਤੇ ਇਹਦਾ ਕੰਮ ਜਾਣੇ ਮੈਨੂੰ ਤਾਂ ਸ਼ੱਕ ਪੈਂਦਾ ਵੀ ਮੇਰੀ ਨੂੰਹ ਦਾ ਹੱਥ ਹੀ ਆ ਉਹਦੀ ਸੱਸ ਦਾ ਹੱਥ ਆ ਉਹਦੀ ਮਾਸੀ ਸੱਸ ਦਾ ਹੱਥ ਆ ਇਹਦੇ ਪੂਰੇ ਪਰਿਵਾਰ ਦਾ ਹੱਥ ਆ ਜਿਹੜਾ ਉਹ ਸ਼ਸ਼ਕਾਰ ਤੇ ਵੀ ਨਹੀਂ ਆਏ ਭੋਗ ਤੇ ਵੀ ਨਹੀਂ ਆਏ ਫੁੱਲਾਂ ਤੇ ਵੀ ਨਹੀਂ ਆਏ ਮੇਰੇ ਪੁੱਤ ਦੇ ਸ਼ਸ਼ਕਾਰ ਜਵਾਈ ਜਵਾਈ ਮਰਿਆ ਹੋਵੇ 2 ਮਹੀਨਿਆਂ ਬਾਅਦ ਮੇਰੇ ਬੇਟੇ ਦੀ ਸਹਾਰ ਤੋਂ ਜਾ ਕੇ ਲਾਸ਼ ਲੱਭਦੀ ਆ 2 ਮਹੀਨਿਆਂ ਬਾਅਦ ਸਹਾਰ ਤੋਂ ਲਾਸ਼ ਲੱਭਦੀ ਆ ਤਾਂ ਪਰ ਉਹ
और ना असि मैं फोन किया जो सानू दसा गोताखोरा ने भी लाश मिल गई आ। मैं जो गई आ असि सहार गए आ जो ओनु दसा असि भी भाई लाश मिल गई आ जा तू ओ बहु आई ने साडे ते उल्टा केस लाता ओने साडे सारे परिवार ते केस लाता। असि एक तो पुत मुक गया असि कित्थों दा दस की करूंगी मेरे बच्चां दे सारयां दे केस लाया मेरे जवाई ते मेरी कुड़ी ते मेरी भैण ते मेरे पूरे परिवार नूं अठ जणियां नूं सानूं ओह कीता उहने परेशान। हुण केस तुहाडे ते कदा लाया होया? सारे इन्हां ने इह लाया वी मैं इहनूं दाज दित्ता 8 लाख रुपया लगे। पहले मैनूं ऐ दस्से वी उहने 8 लाख काहते लाया ਉਹ ਕਹਿੰਦੀ ਕੈਸ਼ ਪੈਸੇ ਦਿੱਤੇ ਆ ਉਹਨੂੰ ਐ ਦੱਸ ਵੀ ਮੈਨੂੰ ਪ੍ਰੂਫ ਦੇ। ਮੈਂ ਬਹੁਤ ਪਰੇਸ਼ਾਨ ਕੀਤੀ ਆ ਬਹੂ ਨੇ ਉਹਦੀ ਮਾਂ ਨੇ ਉਹਦੀਆਂ ਮਾਸੀਆਂ ਨੇ ਉਹਦੀ ਨਾਨੀ ਨੇ ਉਹਦੇ ਤਾਊ ਨੇ ਉਹਦੇ ਭਰਾ ਨੇ ਉਹਦੀ ਭਰਜਾਈ ਨੇ ਇੰਨਾ ਕੁ ਸਾਨੂੰ ਪਰੇਸ਼ਾਨ ਕੀਤਾ ਨਾ ਬਹੁਤ ਜ਼ਿਆਦਾ। ਪਹਿਲਾਂ ਕੋਰਟ ਕੇਸ ਲਾਤਾ ਪਹਿਲਾਂ ਉਹਨੇ ਬੋਬਲ ਸੈਲ ਚ ਕੇਸ ਲਾਇਆ ਫਿਰ ਸਾਡੇ ਤੇ ਕੋਰਟ ਕੇਸ ਲਾਇਆ ਨਾ ਸ਼ਸ਼ਕਾਰ ਤੇ ਆਈ ਆ ਨਾ ਫੁੱਲਾਂ ਤੇ ਆਈ ਨਾ ਭੋਗ ਤੇ ਇੰਨੀ ਪਰੇਸ਼ਾਨ ਕੀਤਾ ਸਾਨੂੰ ਬਹੂ ਨੇ ਅਸੀਂ ਦੱਸ ਨਹੀਂ ਸਕਦੇ ਵੀਰੇ। ਮੈਂ ਦੱਸ ਕਿੱਧਰ ਜਾਵਾਂ ਮੈਂ ਇੰਨੀ ਦੁਖੀ ਮਾਇਆ। ਦੋ ਮਹੀਨੇ ਬਾਅਦ ਮੇਰੇ ਪੁੱਤ ਦੀ ਲਾਸ਼ ਮਿਲੀ ਆ। ਦੋ ਮਹੀਨੇ ਬਾਅਦ ਵੀ ਉਸ ਜਨਾਨੀ ਇੱਕ ਵਾਰੀ ਨਹੀਂ ਸੋਚਿਆ ਉਹਦੀ ਮਾਂ ਲੈ ਗਈ ਸਾਡੇ ਕੋਲੋਂ 15-20 ਦਿਨਾਂ ਬਾਅਦ ਕਹਿੰਦੀ ਮੈਂ 6-7 ਦਿਨਾਂ ਨੂੰ ਛੱਡ ਜਾਊਂਗੀ ਕੁੜੀ ਨੂੰ ਕਹਿੰਦੀ ਇੱਕ ਚੱਲ ਇੱਕ ਵਾਰੀ ਕਹਿੰਦੀ ਕੁੜੀ ਦਾ ਮਨ ਹੋਰ ਹੋ ਜੂਗਾ। ਅਸੀਂ ਕਿਹਾ ਅਸੀਂ ਚੱਲ ਤੋਰਤੀ ਸਾਡੇ ਕੋਲੇ ਪੂਰੀ ਵੀਡੀਓ ਆ ਜਦੋਂ ਤੱਕ ਗਈ ਆ ਨਾ ਉਹ ਘਰੋਂ ਪੂਰੀ ਖੁਸ਼ ਹੋ ਕੇ ਗਈ ਆ ਅਸੀਂ ਵੀਡੀਓ ਬਣਾਈ ਆ ਪੂਰੀ। ਸਾਨੂੰ ਪਤਾ ਸੀ ਵੀ ਸਾਡੇ ਤੇ ਕੇਸ ਨਾ ਲਾ ਦੇ ਸਾਨੂੰ ਤੰਗ ਪਰੇਸ਼ਾਨ ਇੰਨਾ ਕੀਤਾ ਪਿਆ ਉਹਨਾਂ ਨੇ। ਪਹਿਲਾਂ ਵੀ ਮੇਰੇ ਪੁੱਤ ਨੂੰ ਫੜਾਤਾ ਸੀ ਉਹਨੇ ਠਾਣੇ ਆ ਕੇ ਮੈਨੂੰ ਬਹੁਤ ਤੰਗ ਪਰੇਸ਼ਾਨ ਕੀਤਾ ਹੋਇਆ ਬਹੂ ਨੇ। ਅਜੇ ਲਾਸ਼ ਲੱਭੀ ਵੀ ਨਹੀਂ ਸੀ ਜਦੋਂ ਇਹ ਘਰੋਂ ਲੈ ਗਏ ਸੀ ਲਾਸ਼ ਮਿਲੀ ਨਹੀਂ ਸੀ ਜਦੋਂ ਉਹਦਾ ਸਾਰਾ ਪਰਿਵਾਰ ਆਇਆ ਸਾਰਾ ਪਰਿਵਾਰ ਉਹਦੇ ਤਾਊ ਤੱਕ ਦੇ ਸਾਰੇ ਆਏ ਜਿਹੜਾ ਮਾਂ ਨੇ ਬੰਦਾ ਰੱਖਿਆ ਹੋਇਆ ਉਹ ਵੀ ਆਇਆ ਸੀ ਨਾਲ ਸਾਰੇ ਆਏ ਸੀ ਉਹਦਾ ਭਰਾ ਭਰਜਾਈ ਮਾਂ ਨਾਨੀ ਨਾਨਾ ਸਭ ਉਹਦੇ ਆਏ ਸੀ ਮਾਸੀਆਂ ਤੱਕ ਮਾਸੜ ਤੱਕ ਮਾਮਿਆਂ ਤੱਕ ਸਾਰੇ ਆ ਕੇ ਕੁੜੀ ਨੂੰ ਲੈ ਕੇ ਗਏ ਆ ਸਾਡੇ ਘਰੋਂ ਵਧੀਆ ਹੱਸਦੇ ਖੇਡਦੇ ਗਏ ਆ। ਕਹਿੰਦੇ ਸੀ 6-7 ਦਿਨਾਂ ਬਾਅਦ ਅਸੀਂ ਕੁੜੀ ਤੋਰ ਦਾਂਗੇ ਫੇਰ ਵਾਪਸ ਛੱਡ ਜਾਂਗੇ ਤੇ ਪਰ ਉਹ ਛੱਡ ਕੇ ਨਹੀਂ ਗਏ ਉਲਟੇ ਸਾਡੇ ਤੇ ਕੇਸ ਲਾਇਆ ਉਹਨਾਂ ਨੇ। ਅਸੀਂ ਤੰਗ ਇੰਨਾ ਤੰਗ ਪਰੇਸ਼ਾਨ ਕੀਤੇ ਅਸੀਂ ਕਿਸੇ ਨੂੰ ਦੱਸ ਨਹੀਂ ਸਕਦੇ ਨਾ ਉਹ ਲਾਸ਼ ਤੇ ਨਾ ਲਾਸ਼ ਲੱਭਣ ਵਾਸਤੇ ਆਏ ਨਾ ਨਾ ਸ਼ਸ਼ਕਾਰ ਤੇ ਆਏ ਨਾ ਸ਼ਸ਼ਕਾਰ ਤੇ ਨਾ ਫੁੱਲਾਂ ਤੇ ਆਏ ਨਾ ਭੋਗ ਤੇ ਆਏ ਨਹੀਂ ਆਏ ਤੇ ਉਲਟ ਕੇਸ ਕਰ ਦਿੱਤਾ ਤੁਹਾਡੇ ਤੇ ਸਾਡੇ ਤੇ ਕੇਸ ਕੀਤਾ ਮੈਨੂੰ ਉਹਨੂੰ ਸਾਫ ਮਿਲ ਜੇ ਸਹੀ ਗੱਲ ਆ ਮੇਰੀ ਹੈਲਪ ਕਰੋ ਸਾਰੇ ਹੁਣ 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 ਤੁਹਾਡੇ ਤੇ ਜਿਹੜਾ ਕੇਸ ਕੀਤਾ ਵਾ ਇਹ ਕੀਤਾ ਵਾ ਵੀ ਦਾਜ ਦਿੱਤਾ ਹੋਇਆ ਸੀ ਦਾਜ ਦਿੱਤਾ ਵੀ ਮੈਨੂੰ ਜਗ੍ਹਾ ਅੱਛਾ ਜਗ੍ਹਾ ਵੇਚ ਕੇ ਸਾਰੀ ਲੈ ਗਿਆ ਸੀ ਇਹ ਜਗ੍ਹਾ ਪੁੰਦੜ ਵੇਚੀ ਇਹਨਾਂ ਨੇ ਮੇਰੇ ਕੋਲੇ ਪੂਰੇ ਪ੍ਰੂਫ ਨੇ ਜਿਹੜੇ ਬੰਦੇ ਨੇ ਖਰੀਦੀ ਆ ਜਿਹੜੇ ਬੰਦੇ ਉਹ ਕੋਠ ਚ ਪੈਸੇ ਪਾਉਂਦਾ ਹੁੰਦਾ ਸੀ ਉਹਦੇ ਕੋਲੇ ਸਾਰੇ ਪ੍ਰੂਫ ਪਏ ਨੇ ਜਿਹੜੇ ਬੰਦੇ ਨੂੰ ਵੇਚ ਕੇ ਗਿਆ ਵਾ ਜਿਹੜੇ ਬੰਦੇ ਨੂੰ ਵੇਚ ਕੇ ਗਿਆ ਆ ਉਹਦੇ ਸਾਰੇ ਪ੍ਰੂਫ ਪਏ ਨੇ ਉਹਦੇ ਕੋਲੇ ਜਿਵੇਂ ਜਿਵੇਂ ਉਹ ਪੈਸੇ ਪਾਉਂਦਾ ਹੁੰਦਾ ਸੀ ਨਾ ਉਹ ਸਾਰੀਆਂ ਰਸੀਤਾਂ ਸਾਂਭੀਆਂ ਪਈਆਂ ਨੇ। ਇਹਨਾਂ ਨੇ ਤੇ ਮੈਂ ਸੋਚਦਾ ਥੋੜਾ ਕਲੀਅਰ ਕਰ ਦੇਵਾਂ ਵੀ ਇਹਨਾਂ ਨੇ ਬਣਦਾ ਹਿੱਸਾ ਜਿਹੜਾ ਕਿੰਨੇ ਪੁੱਤਰ ਨੇ ਮਾਤਾ ਤੇਰੇ? ਮੇਰੇ 3 ਪੁੱਤ ਨੇ। 2 ਮਰ ਚੁੱਕੇ ਨੇ ਹਨਾ? 2 ਮਰ ਚੁੱਕੇ, ਇੱਕ ਹੈਗਾ ਹਨਾ, ਇੱਕ ਵੱਡਾ ਬੇਟਾ ਆ, ਇੱਕ ਬੇਟਾ ਮੇਰਾ ਘਰੋਂ ਭੱਗ ਗਿਆ ਸੀ ਪਹਿਲਾਂ 2 ਸਾਲ ਪਹਿਲਾਂ, 2 ਸਾਲ ਪਹਿਲਾਂ ਇੱਕ ਇਹ ਬੇਟਾ ਮੇਰਾ ਮਰ ਚੁੱਕਿਆ। ਅੱਛਾ, ਹਾਂ, ਮਤਲਬ ਜਿਹੜਾ ਬਣਦਾ ਹਿੱਸਾ ਜਿਹੜਾ ਸੀ ਤੁਸੀਂ ਇਹਨੂੰ ਦੇਤਾ ਸੀਗਾ? ਉਹ ਹਿੱਸਾ ਇਹਦਾ ਦੇਤਾ, ਉਹ ਇਹਨੇ ਵੇਚਤਾ। ਮਤਲਬ ਵੀ ਇਹਦਾ ਜਿਹੜਾ ਬਣਦਾ ਹਿੱਸਾ ਇਹਨੂੰ ਦੇਤਾ, ਇਹ ਵੇਚ ਕੇ ਪਟਿਆਲੇ ਚਲੇ ਗਿਆ ਸੀ, ਉਹ ਜਿਹੜੇ ਬੰਦੇ ਨੂੰ ਜਗ੍ਹਾ ਉਹਨੇ ਵੇਚੀ ਆ ਉਹ ਵੀ ਪ੍ਰੂਫ ਮਾਤਾ ਕੋਲੇ ਹੈਗੇ ਨੇ। ਫਿਰ ਵੀ ਉਹ ਹੁਣ ਮਰਨ ਤੋਂ ਬਾਅਦ ਨਾ ਭੋਗ ਤੇ ਆਈ ਆ, ਨਾ ਲਾਸ਼ ਨੂੰ ਲੱਭਣ ਵਾਸਤੇ ਉਹਨੇ ਕੋਈ ਕਾਰਵਾਈ ਕੀਤੀ ਆ, ਨਾ ਸੰਸਕਾਰ ਤੇ ਕੁਝ ਵੀ ਨਹੀਂ। ਹੁਣ ਉਲਟ ਕੇਸ ਕਰ ਦਿੱਤਾ ਵੀ ਮੈਨੂੰ ਜਗ੍ਹਾ ਤੋਂ ਜਿਹੜੀ ਤੁਹਾਡੇ ਕੋਲੇ ਜਗ੍ਹਾ ਉਹਦੇ ਚ ਹਿੱਸਾ ਦੇਣ। ਹਿੱਸਾ ਦੇਣ, ਹਾਂ ਵੀ ਜਿਹੜੇ ਵੀ ਮੈਂ ਦਾਜ ਦਿੱਤਾ ਉਹਨੂੰ ਪੁੱਛੇ ਕਿਹੜਾ ਦਾਜ ਲੈ ਕੇ ਆਈ ਆ। ਉਹ ਪੁਰਾਣੇ ਕੱਪੜਿਆਂ 'ਚ ਤਾਂ ਉਹਦੀ ਮਾਂ ਨੇ ਤੋਰੀ ਸੀ, ਪੁਰਾਣੇ ਕੱਪੜਿਆਂ 'ਚ ਤੋਰ ਕੇ ਫਿਰ ਵੀ ਮੈਂ 6-7 ਸੂਟ ਸਮਾ ਕੇ ਦਿੱਤੇ ਉਹਨੂੰ। ਪੁੱਛ ਵੀ ਤੇਰੀ ਮਾਂ ਨੇ ਕਿਹੜੀਆਂ ਤੈਨੂੰ ਵਰੀਆਂ ਦੇ ਕੇ ਤੋਰਿਆ ਸੀ ਹੈ ਜਿਹੜਾ ਸਾਨੂੰ ਇੰਨਾ ਤੂੰ ਤੰਗ ਪਰੇਸ਼ਾਨ ਕਰਦੀਆਂਗੀ। ਮੈਂ ਉਦੋਂ ਕਿਹਾ ਸੀ ਨਾ ਮਹਾਰਾਜ ਦੀ ਬੀੜ ਚੱਕ ਤੂੰ, ਮੈਂ ਕਿਹਾ ਸੀ ਮਹਾਰਾਜ ਦੀ ਬੀੜ ਚੱਕ ਲਾ ਵੀ ਤੂੰ ਆਪਣੀ ਕੁੜੀ ਨੂੰ ਸਮਾਨ ਦਿੱਤਾਗਾ। ਤੇ ਪਤਾ ਮੈਨੂੰ ਉਹਨੇ ਕੀ ਕਿਹਾ ਉਹਦੀ ਮਾਸੀ ਨੇ? ਕਹਿੰਦੀ ਅਸੀਂ ਕਿਉਂ ਬੀੜ ਚੱਕੀਏ, ਕਹਿੰਦੀ ਸਾਡੀ ਕੁੜੀ ਨੇ ਇੱਜ਼ਤ ਨਹੀਂ ਲਟਾਈ। ਅੱਛਾ, ਉਹਨਾਂ ਦੀ ਕੁੜੀ ਨੇ ਇੱਜ਼ਤ ਲਟਾਈ, ਇੰਸਟਾਗ੍ਰਾਮ ਤੇ 4 ਬੰਦਿਆਂ ਨਾਲ ਹੋਰ ਵੀ ਸਰਬੰਧ ਆ, ਉਸ ਕੁੜੀ ਦੇ ਇੱਕ ਪਾਣੀ ਪੱਤ ਦਾ ਹੀ ਆ ਜਿਹੜਾ ਸਾਡੇ ਸੀ। ਮੇਰਾ ਮੁੰਡਾ ਜਦੋਂ ਮਸ਼ੀਨ ਤੇ ਜਾਂਦਾ ਸੀ ਨਾ ਭੁੰਦੜ ਪਿੰਡ ਦੇ ਵਿੱਚ, ਮਸ਼ੀਨ ਤੇ ਵਗ ਜਾਂਦਾ ਸੀ ਰਾਤ ਨੂੰ, ਮੁੰਡੇ ਬੁਲਾਉਂਦੀ ਸੀ। ਇੱਕ ਤਾਂ ਮੋਫਰ ਤੋਂ ਮੁੰਡਾ ਗਾ ਜਿਹੜਾ ਉਹਦੇ ਕੋਲੇ ਰਾਤ ਨੂੰ ਆਉਂਦਾ ਹੁੰਦਾ ਸੀ, ਇੱਕ ਮੁੰਡਾ ਸੀਗਾ ਉਧਰੋਂ ਅੰਬਰ ਉਹਦੇ ਵੱਲੋਂ ਪਾਣੀਪੱਤ ਵੱਲੋਂ ਜਿਹੜਾ ਉਹਦੇ ਕੋਲੇ ਆਇਆ ਇੱਕ ਦੋ ਵਾਰੀ ਘਰੇ। ਇਹ ਮਾਤਾ ਨੂੰ ਮੈਂ ਸੋਚਦਾ ਦੱਸ ਦੇਵਾਂ, ਮੇਰੇ ਕੋਲ ਗੱਲ ਆਈ ਸੀ, ਦੱਸਿਆ ਸੀ ਇਹਨਾਂ ਨੇ ਵੀ ਗੱਲ ਤਾਂ ਕਲੀਅਰ ਹੋਈ ਸੀ ਜਦੋਂ ਉਹਦੀ ਲਾਸ਼ ਮੁੰਡੇ ਦਾ ਕਤਲ ਹੋ ਗਿਆ ਸੀ ਤੇ
ਪੁਲਿਸ ਦਾ ਜਿਹੜਾ ਪੁਲਿਸ ਨੇ ਇਹਦੀ ਜਦੋਂ ਇਨਕੁਆਰੀ ਕੀਤੀ ਤੇ ਉਹਦੀਆਂ ਡਿਟੇਲ ਕਾਲਾਂ ਜਦੋਂ ਕਢਾਈਆਂ ਨਾ ਉਹਨਾਂ ਮੋਬਾਈਲ ਕਾਲਾਂ ਦੇ ਵਿੱਚੋਂ ਜਿਹੜਾ ਉਹਨਾਂ ਮੁੰਡਿਆਂ ਦੇ ਜਿਹੜੇ ਨਾਂ ਸਾਹਮਣੇ ਆਏ ਸੀ ਫਿਰ ਜਦੋਂ ਪੂਰੀ ਪੋਣਛਾਣ ਕੀਤੀ ਗਈ ਸਖਤਾਈ ਨਾਲ ਤੇ ਫਿਰ ਇਹ ਮੰਨੀ ਫਿਰ ਉਹ ਮੁੰਡੇ ਸੱਦੇ ਗਏ ਸੀ ਜਿਨ੍ਹਾਂ ਨਾਲ ਉਹਦੀ ਇਹਦੇ ਤੋਂ ਸਵਾਏ ਇੰਸਟਾਗ੍ਰਾਮ ਤੋਂ ਸਵਾਏ ਵੀ ਉਹਨਾਂ ਨਾਲ ਚਾਰ ਮੁੰਡਿਆਂ ਨਾਲ ਗੱਲ ਸੀ ਉਹ ਮੁੰਡੇ ਸੱਦੇ ਗਏ ਸੀ ਉਹ ਮੁੰਡੇ ਮੰਨ ਗਏ ਵੀ ਅਸੀਂ ਇਹਦੇ ਕੋਲੇ ਰਾਤ ਨੂੰ ਆਉਂਦੇ ਹੁੰਦੇ ਸੀ ਆਉਂਦੇ ਹੁੰਦੇ ਸੀਗੇ ਹਾਂ ਉਹ ਮੁੰਡੇ ਵੀ ਮੰਨਿਆ ਜਿਹੜੇ ਮੁੰਡੇ ਉਹ ਇੱਕ ਫਤਿਹਾਬਾਦ ਤੋਂ ਸੀਗਾ ਇੱਕ ਮੋਫਰ ਤੋਂ ਸੀਗਾ ਇੱਕ ਪਾਣੀਪਤ ਤੋਂ ਸੀ ਇੱਕ ਮੁੰਡਾ ਹੋਰ ਸੀਗਾ ਪ੍ਰਸ਼ਾਸਨ ਨੇ ਵੀ ਤੋਂ ਤੱਕ ਮਾਤਾ ਜੀ ਨੂੰ ਕਿਹਾ ਵੀ ਅਸੀਂ ਇਹਦਾ ਨਾਮ ਵੀ ਜਿਹੜਾ ਐਫ ਆਈ ਆਰ ਦੇ ਵਿੱਚ ਪਾ ਦੇਣੇ ਪਰ ਇਹ ਮਾਤਾ ਦਾ ਵੱਡਾ ਦਿਲ ਸੀ ਫਿਰ ਵੀ ਮੈਂ ਆਖਿਆ ਨਹੀਂ ਮੇਰਾ ਪੁੱਤ ਵਗ ਗਿਆ ਇਹ ਨਾ ਰੁਲਦੀ ਫਿਰੇ ਫਿਰ ਵੀ ਮੈਂ ਉਹਨੂੰ ਬਰਦਾਸ਼ਤ ਕਰ ਲਿਆ ਸੀ ਵੀ ਚੱਲ ਕੋਈ ਗੱਲ ਨਹੀਂ ਪਰ ਉਹਨੇ ਕੁਝ ਨਹੀਂ ਸੋਚਿਆ ਉਹਦੇ ਪਰਿਵਾਰ ਨੇ ਸਾਨੂੰ ਸਾਰਿਆਂ ਨੂੰ ਬਹੁਤ ਦੁਖੀ ਕੀਤਾ ਕੋਈ ਨਹੀਂ ਮਾਤਾ ਦਿਲ ਨਾ ਹੌਲਾ ਕਰ ਬਹੁਤ ਪਰੇਸ਼ਾਨ ਸੋਤੇ ਸੁਣ ਰਹੇ ਵੇ ਮਾਤਾ ਘਰੋਂ ਵੀ ਬਹੁਤ ਗਰੀਬ ਆ ਮੈਂ ਦੱਸ ਦੇਵਾਂ ਸਰੋਤਿਆਂ ਨੂੰ ਵੀ ਘਰੋਂ ਵੀ ਇਹਦੇ ਕੋਈ ਬਾਲਾ ਹੈ ਨਹੀਂਗਾ ਤੇ ਰੇੜੀ ਲਾਉਂਦੀ ਆ ਕੀ ਕੰਮ ਕੀ ਸਬਜ਼ੀ ਦੀ ਰੇੜੀ ਲਾਉਂਦੀ ਸੀ ਮੈਂ ਸਬਜ਼ੀ ਦੀ ਰੇੜੀ ਲਾਉਂਦੀ ਆ ਕੀ ਘਰੋਂ ਬਾਲਾ ਰੋਜ਼ਗਾਰ ਨਹੀਂ ਹੈਗਾ ਤੇ ਉਹ ਵੀ ਨਹੀਂ ਲਾਉਂਦੀ ਜੋ ਪੁੱਤ ਮੁੱਕ ਗਿਆ ਹਾਂ ਉਹ ਵੀ ਨਹੀਂ ਲਾਉਂਦੀ ਹੈਗੀ ਮੈਂ ਤਾਂ ਉੱਠਿਆ ਹੀ ਨਹੀਂ ਜਾਂਦਾ ਬਹੁਤ ਔਖਾ ਰੋਟੀ ਪਾਣੀ ਤੋਂ ਵੀ ਬੜਾ ਇਹਦਾ ਸਰਕਲ ਜਿਹੜਾ ਸਰੋਤਿਆਂ ਨੂੰ ਆ ਵੀ ਜਰੂਰ ਸਪੋਰਟ ਕਰਿਓ ਮਾਤਾ ਦੀ ਮਾਤਾ ਦਾ ਤੁਹਾਨੂੰ ਨੰਬਰ ਅਸੀਂ ਥੱਲੇ ਸਕਰੀਨ ਤੇ ਮੈਂ ਕਰਵਾ ਦਿਆਂਗੇ ਆਹ ਉਹ ਵੀਰ ਦੀ ਬੱਚੇ ਦੀ ਫੋਟੋ ਆ ਜਿਹੜਾ ਫੋਟੋ ਜ਼ੂਮ ਕਰਕੇ ਮੈਂ ਕੈਮਰਾਮੈਨ ਨੂੰ ਕਵਾਂਗਾ ਕਿ ਕੈਮਰੇ ਤੋਂ ਲੱਗ ਕੇ ਕਰ ਲੈਣ ਜਿਹੜੇ ਬੱਚੇ ਦੀ ਡੈਥ ਹੋ ਚੁੱਕੀ ਸੀਗੀ ਉਹਦੇ ਉਹਨੇ ਥੱਲੇ ਨੰਬਰ ਪਾਇਆ ਹਾਂ ਇਹ ਥੱਲੇ ਨੰਬਰ ਵੀ ਹੈਗਾ ਹਾਂ ਇਹ ਤੁਹਾਡਾ ਫੋਨ ਨੰਬਰ ਵੀ ਨਾਲ ਹੀ ਆ ਇਸ ਨੰਬਰ ਤੁਸੀਂ ਕਨੈਕਟ ਵੀ ਕਰ ਸਕਦੇ ਆ ਮਾਤਾ ਦੀ ਜੇ ਸਪੋਰਟ ਕਰਨੀ ਹੋਵੇ ਤਾਂ ਮੈਂ ਉਹਨਾਂ ਦੇ ਵੀ ਫੋਟੋਆਂ ਪਾਉਂਗੀ ਤੁਹਾਨੂੰ ਆ ਜਿਹੜੇ ਮਾਤਾ ਨੇ ਕਾਗਜ਼ ਪੱਤਰ ਵੀ ਉਸ ਸਮੇਂ ਦੇ ਜਿਹੜੇ ਸਾਂਭ ਕੇ ਰੱਖੇ ਹੋਏ ਆ ਮੁੰਡਾ ਮੇਰੇ ਜੋ ਵੀ ਬੀਤਿਆ ਮੁੰਡੇ ਨਾਲ ਐਫ ਆਈ ਆਰ ਵੀ ਜਿਹੜੀ ਕੱਟੀ ਹੋਈ ਆ ਜਿਹੜਾ ਕਤਲ ਹੋਇਆ ਸੀ ਜਿਨ੍ਹਾਂ ਨੇ ਮੈਂ ਦੱਸ ਦੇਵਾਂ ਚਲਾਨ ਪੇਸ਼ ਹੋਇਆ ਮੈਂ ਦੱਸ ਦੇਵਾਂ ਸਰੋਤਿਆਂ ਨੂੰ ਕਿ ਬਾਲਾ ਨਹੀਂ ਕੋਈ ਇੱਕ 3000 ਰੁਪਏ ਪਿੱਛੇ ਕਤਲ ਕੀਤਾ ਗਿਆ ਮੁੰਡੇ ਦਾ ਕਿੰਨੇ ਪੈਸੇ ਸੀਗੇ ਮੁੰਡੇ ਕੋਲੋਂ ਜਿਹੜਾ ਕਤਲ ਕੀਤਾ ਗਿਆ ਜਦੋਂ 5000 ਰੁਪਏ ਸਾਰਾ 3000 ਦੀਆਂ ਬੈਟਰੀਆਂ ਵੇਚੀਆਂ ਈ-ਰਿਕਸ਼ੇ ਦੀਆਂ ਕੱਢ ਕੇ 2000 ਰੁਪਏ ਦਾ ਉਹਨਾਂ ਨੇ ਮੋਬਾਈਲ ਵੇਚਿਆ 700 ਰੁਪਏ ਮੇਰੇ ਬੇਟੇ ਦੇ ਬਟੂਏ ਵਿੱਚ ਸੀਗਾ ਬਸ ਇੰਨੇ ਪਿੱਛੇ ਮੇਰਾ ਬੇਟਾ ਉਹਨਾਂ ਨੇ ਮਾਰਤਾ 3 ਤੇ 2 5 ਜਾਨੀ ਕਿ ਟੋਟਲ ਪਾ ਲਾ ਕੇ 7-8000 ਰੁਪਇਆ ਬਣਦਾ ਸੀ ਇੰਨੇ ਕ ਪਿੱਛੇ ਹੀ ਜਿਹੜਾ ਨੌਜਵਾਨ ਪੂਰਾ ਸਨਖਾ ਨੌਜਵਾਨ ਜਿਹਦਾ ਕਿ ਉਹਨਾਂ ਨੇ ਬੇਰਹਿਮੀ ਦੇ ਨਾਲ ਕਾਤਲਾਂ ਨੇ ਕਤਲ ਕਰ ਦਿੱਤਾ ਨਾ ਮੇਰੇ ਪੋਤੇ ਨੂੰ ਮਿਲਣ ਦਿੰਦੇ ਆ ਮੇਰੇ ਪੋਤੇ ਨੂੰ ਵੀ ਲੈ ਕੇ ਵਾਗੀ ਹੋ ਆਏ ਹੋ ਜਾਂਦਾ ਵੀ ਮੇਰਾ ਪੋਤਾ ਹੈਗਾ ਵੀ ਨੂੰ ਉਸ ਨੇ ਹੋ ਜੇ ਬੜਾ ਮੋਟਾ ਕੋਈ ਨਹੀਂ ਮਾਤਾ ਹੌਸਲਾ ਰੱਖ ਮਹਾਰਾਜ ਕਿਰਪਾ ਕਰੂਗਾ ਸੱਚੇ ਪਾਤਸ਼ਾਹ ਸਾਡੇ ਸਰੋਤੇ ਜਿਹੜੇ ਆ ਨਾ ਜਿਹੜੇ ਪੰਜਾਬੀ ਬੜੇ ਵੱਡੇ ਦਿਲਾਂ ਦੇ ਮਾਲਕ ਹੁੰਦੇ ਆ ਦਿਲਦਾਰ ਹੁੰਦੇ ਆ ਪੰਜਾਬੀ ਸਪੋਰਟ ਕਰਨ ਲੱਗਣ ਤਾਂ ਵੱਡੀ ਸਪੋਰਟ ਕਰ ਸਕਦੇ ਨੇ ਅਸੀਂ ਆਸ ਰੱਖਦੇ ਹਾਂ ਪੰਜਾਬੀ ਬਾਬੇ ਨਾਨਕ ਦੇ ਵਾਰਸ ਨੇ ਬਾਬੇ ਨਾਨਕ ਦੇ ਪੈਰੋਕਾਰ ਨੇ ਜਿਨ੍ਹਾਂ ਨੇ ਲੰਗਰ ਬਾਬੇ ਨਾਨਕ ਦਾ ਅਜੇ ਤੱਕ ਨਹੀਂ ਮੁੱਕਦਾ ਕਰੋੜਾਂ ਲੋਕ ਖਾਈ ਜਾਂਦੇ ਨੇ ਰੋਜ਼ ਦੇ ਪਰ ਅਜੇ ਵੀ ਬਾਬੇ ਨਾਨਕ ਦਾ ਜਿਹੜਾ ਲੰਗਰ ਹੈ 20 ਰੁਪਈਆਂ ਦਾ ਜਿਹੜਾ ਬੇਸ਼ੁਮਾਰ ਹੈ ਉਸ ਬਾਬੇ ਨਾਨਕ ਦੀ ਜਿਹੜੀ ਆ ਔਲਾਦ ਹੈ ਸੋ ਅਸੀਂ ਉਹਨਾਂ ਤੋਂ ਆਸ ਰੱਖਦੇ ਹਾਂ ਕਿ ਮਾਤਾ ਦੀ ਜ਼ਰੂਰ ਸਪੋਰਟ ਕਰੋ ਤੁਸੀਂ ਦੁਖੀ ਮਾਤਾ ਦੁਖੀ ਮਾਤਾ ਮੇਰੀ ਹੱਥ ਬੰਨ ਕੇ ਬੇਨਤੀ ਆ ਮੈਂ ਬਹੁਤ ਤੰਗ ਪਰੇਸ਼ਾਨ ਕੀ ਅੱਜ ਵੀ ਉਹ ਤੇ ਆਪਣੀ ਜਗ੍ਹਾ ਤੇ ਰਹਿ ਕੇ ਅੱਜ ਵੀ ਜਿਹੜੇ ਉਹ ਪੂਰੀ ਠਾਠ ਬਾਠ ਨਾਲ ਮਾਤਾ ਦਰ ਦਰ ਦੀਆਂ ਠੋਕਰਾਂ ਖਾਂਦੀ ਫਿਰਦੀ ਆ ਪੁੱਤ ਨੂੰ ਗਵਾ ਕੇ ਰੋਂਦੀ ਫਿਰਦੀ ਆ ਔਰ ਉਹ ਅੱਜ ਵੀ ਇੰਸਟਾਗ੍ਰਾਮ ਤੇ ਉਹਦੀਆਂ ਜਿਹੜੀਆਂ ਵੀਡੀਓ ਪੈ ਰਹੀਆਂ ਜਿਹੜੀਆਂ ਨੱਚਦੀ ਦੀਆਂ ਫੁੜਕਦੀ ਦੀਆਂ ਉਹਦੀ ਮਾਂ ਦੀਆਂ ਮਾਂ ਵੀ ਨੱਚਦੀ ਆ ਭੰਗੜੇ ਪਾਉਂਦੀ ਆਗੀ ਭੈਣ ਵੀ ਆਪ ਵੀ ਬਹੁ ਪਰ ਮੈਂ ਬਹੁਤ ਤੰਗ ਪਰੇਸ਼ਾਨ ਆ ਮੇਰਾ ਬੱਚਾ ਖੋਤਾ ਮੈਨੂੰ ਪੁੱਛ ਕੇ ਦੇਖੀ ਕੀ ਹਾਲ ਆ ਮੇਰਾ ਉਹ ਅੱਜ ਵੀ ਇੰਸਟਾਗ੍ਰਾਮ ਤੇ ਜਿਹੜੀਆਂ ਪੂਰੀ ਠਾਠ ਬਾਠ ਨਾਲ ਰਹਿ ਰਹੇ ਨੇ ਮੈਂ ਇਨਸਾਫ ਚਾਹੁੰਦੀ ਆ ਵੀ ਮੇਰਾ ਪੁੱਤ ਹੀ ਮੈਨੂੰ ਮੇਰਾ ਪੁੱਤ ਹੀ ਮੈਨੂੰ ਜਿਵੇਂ ਇੱਕ ਗਾਣਾ ਸੀ ਮਾਂ ਨੂੰ ਪੁੱਤ ਨਹੀਂ ਲੱਭਣਾ ਤੈਨੂੰ ਯਾਰ ਬਥੇਰੇ ਉਹ ਗੱਲ ਆ ਇੱਕ ਗੱਲ ਤੇ ਸੋਚਣ ਵਾਲੀ ਆ ਵੀ ਮਾਂ ਨੂੰ ਪੁੱਤ ਨਹੀਂ ਲੱਭਣਾ ਜਿਸ ਮਾਂ ਨੇ ਪੁੱਤਰ ਨੂੰ ਜਨਮ ਦਿੱਤਾ ਸੀ ਤੇ ਰੰਨਾਂ ਨੂੰ ਤੇ ਖਸਮ ਜਿਹੜੇ ਬਥੇਰੇ ਮਿਲ ਜਾਂਦੇ ਨੇ ਸੋ ਮਾਤਾ ਕੀ ਕਹਿਣਾ ਚਾਹੁੰਦੀ ਆ ਬਸ ਆਖਰੀ ਸਵਾਲ ਆ ਤੈਨੂੰ ਸਰੋਤਿਆਂ ਨੂੰ ਮੈਨੂੰ ਇਨਸਾਫ ਮਿਲੇ ਮੇਰੇ ਤੇ ਜਿਹੜੇ ਕੋਰਟ ਕੇਸ ਲਏ ਆ ਵਾਪਸ ਲੈ ਲਿਓ ਮੈਂ ਬਹੁਤ ਪਰੇਸ਼ਾਨ ਕੀਤੀ ਪਈ ਉਸ ਬਹੁ ਨੇ ਮੈਨੂੰ ਇਨਸਾਫ ਦਵਾਇਆ ਜਾਵੇ ਮੈਂ ਸਾਰੇ ਭੈਣ ਭਾਈਆਂ ਮੂਰੇ ਹੀ ਹੱਥ ਬੰਨ ਕੇ ਬੇਨਤੀ ਕਰਨੀ ਆ ਜੋ ਵੀ ਆ ਮੈਨੂੰ ਇਨਸਾਫ ਦਵਾਉਣ ਇਹ ਸਾਰੇ ਜਣੇ ਮੈਨੂੰ ਇਹਨਾਂ ਪਰਿਵਾਰ ਨੇ ਬਹੁਤ ਤੰਗ ਪਰੇਸ਼ਾਨ ਕੀਤਾ ਆ ਬਹੁਤ ਜ਼ਿਆਦੇ
रोटी भी नहीं कई टाइम पकदी हैगी, इन्ना गुजारा मुश्किल है। मैं गड्डियां कित्थों करा के जावा, अठ अठ जीआं नूं लैके कित्थों जावा, मैं उत्थे पेश होवां। औखा हो जांदा जो कि कल्ले ते जा नहीं सकदे, जाना किसे दो चार नाल शरीर भी लैके जाना पैंदा है ना, ते औखा हो जांदा, बहुत औखा। तंग करन लगे लोग नहीं देखदे। सो मैं स्रोतियां नूं बेनती कर देवां, जरूर सपोर्ट करो माता दी वीडियो नूं, वध तों वध जिहड़े वीर सपोर्ट नहीं कर सकदे ना माया पक्खों, वो वीडियो नूं शेयर करके सपोर्ट, ये सब तो वड्डी सपोर्ट हो जाणी है कि एक तो दूजे कोले पहुंच जावे। तुहाडी शेयर करन दे नाल हो सकदा इहो जिहे दानी वीर कोले पहुंच जावे जिहड़ा इस माता दी सपोर्ट कर सकदा होवे। शेयर जरूर कर दिओ। वाहिगुरु जी का खालसा, वाहिगुरु जी की फतेह।